नहीं हम। अंदर महाराज कहते नौ दरवाजे खाया कोट है, दसवां गुप्त रखी दिया, दसवां इन्हें गुप्त रखा होया। वो जोड़ा राज आता दसवें इनू बड़ी खोज करी है, जब तो संसार बनया जब तो ही खोजते चले आए हैं। जोड़ा सातों पहला गुरु नानक साहब तो पहला का युग सी ना, उन्हों की खोज बड़ी उच्ची लंघी हुई सी। वो ये उन्होंने खोज कर लिया भी है शरीर के 72,72,210 ब्लड चैनल है सूक्ष्म, तो ये लाइफ करंट जी है वह 3 नाड़ा ने, एक जरा कहते हैं पिंगला सुखमना रीढ़ की हड्डी के नाल चलदिया ने, तो जी रीढ़ की हड्डी के विचाली नाड़ी है सुखमना नाड़ी, वह विचाले दी आ रीढ़ की हड्डी के, लेकिन 6 हर्डल्स ने वो बैरियर ने। पहला बैरियर है जितों यदा मूँह शुरू होंगे, इन मूलधार चक्कर कहते हैं। दूसरा बैरियर है थोड़ा उच्चा, वो स्वादिष्ठान चक्कर है। तीसरा बैरियर है मणिपुर जिथे नाभी है। चौथा बैरियर है इस स्थान के उत्ते, इनू अनाहत चक्कर कहते हैं। पांचवा बैरियर इत्थे है, इनू बिशुद्ध चक्कर कहते हैं। छेवां बैरियर इत्थे है, इनू आग्या चक्कर कहते हैं। ये 6 चक्कर 6 हड्डलां ने रीढ़ की हड्डी च, सुखमना नाड़ी च जो प्राण प्रवेश करते हैं, ये 6 ही तोड़ने पैंदे ने प्राणायाम के बल दे नाल। ते गुरु महाराज तो पहला यह तरीका राय सीगा, इहनूं राज योग कहा जांदा। रहता ने इहदियां समाधि है, धारना है, ध्यान है, इहदे 8 अंग ने। गुरु महाराज ने कहा भी यह गृहस्थियों का धर्म है, ये तो आदमी उ लंघन के जोड़े साधना कर रहे हैं। साधना यह जी चाहिए है कि हर बंदा कर सके, चाहे कि बिजी है, बिजीएसट है वह भी कर सके। सिद्धा के नाल जब महाराज की गलबात हुई, वह कहते थे ये रस्ता अपनाओ। महाराज कहते प्राणायाम कलयुग के बंदे तो नहीं हो सकना, करके देख लो जी मैं गल कह 10 दिन कर लो, फिर मेरे को आ जाओ भी की हाल रहा। महाराज ने कृपा करती, नहीं पागलों की दुनिया हो जानी सी। ब्रेन जब सह खिंचते असी, ये हीट है, सह च एनर्जी है, वो हीट इन्नी बढ़ जाती है दिमाग में चक दी है, आदमी फिर दौड़ जाता, कौला जहा हो जाता। ਇਹਦੇ ਅੰਦਰ ਇੱਕ ਹੋਰ ਹਾ ਪ੍ਰਾਣ ਨੇ, ਉਹਨੂੰ ਅਪਾਨ ਵਾਯੂ ਕਹਿੰਦੇ ਨੇ। ਇਹ ਜੁਗਤ ਜੋਗੀਆਂ ਨੂੰ ਪਤਾ ਸੀ, ਅਸੀਂ ਲੋਕ ਤਾਂ ਨਹੀਂ ਜਾਣਦੇ, ਪਰ ਉਹ ਜਾਣਦੇ ਸੀ ਵੀ ਅੰਦਰਲੀ ਹਵਾ ਅਤੇ ਬਾਹਰਲੀ ਹਵਾ ਨੂੰ ਇਕੱਠੀ ਕਰਕੇ ਜਦ ਦੋਹਾਂ ਦੇ ਉੱਤੇ ਪ੍ਰੈਸ਼ਰ ਪਾਵਾਂਗੇ, ਉਹਦੇ 'ਚੋਂ ਅੱਗ ਵਰਗਾ ਹੋ ਜੂਗਾ। ਉਹ ਰੀੜ ਜਿਹੜਾ ਹੈ, ਰੀੜ੍ਹ ਦੀ ਹੱਡੀ ਹੈ, ਇਹਦਾ ਜਿਹੜਾ ਹੇਠਲਾ ਸਿਰਾ ਉਹਨੂੰ ਪਿਘਲਾ ਦਿੰਦੀ ਹੈ, ਉੱਥੇ ਕੁੰਡਣੀ ਸ਼ਕਤੀ ਹੈ, ਉਹਦਾ ਮੂੰਹ ਖੁੱਲ੍ਹ ਜਾਂਦਾ। ਉਹਦੇ ਬਾਅਦ ਇਹਦੇ 'ਚ ਪ੍ਰਾਣ ਦਾਖਲ ਹੋ ਜਾਂਦੇ, ਸੁਰਤ ਨਹੀਂ। ਪ੍ਰਾਣਾਂ ਦੇ ਫਿਰ ਤੇਜ਼ ਦੇ ਨਾਲ ਸਿਖਰ ਤੱਕ ਚਲਿਆ ਜਾਂਦਾ, ਅੱਗੇ ਚੱਕਰ ਤ੍ਰੁਪਟੀ ਹੈ, ਫਿਰ ਸਾਸਰਾ ਦਲ ਕਮਲ ਚਲਿਆ ਗਿਆ, 10ਵੇਂ ਦੁਆਰ ਤੱਕ ਪਹੁੰਚ ਜਾਂਦੇ ਸੀ। ਬੇਅੰਤ ਉੱਥੇ ਸ਼ਬਦ ਦਿਖਦੇ ਸੀ, ਬੇਅੰਤ ਲਾਈਟਾਂ ਦਿਖਦੀਆਂ ਸੀ। ਹੁਣ ਵੀ ਪ੍ਰੇਮੀਆਂ ਨੂੰ ਲੈ ਜਾਂਦੇ ਨੇ ਵੀ ਆਓ ਤੁਹਾਨੂੰ ਲਾਈਟ ਦਿਖਾਈਏ, ਆਓ ਤੁਹਾਨੂੰ ਸ਼ਬਦ ਸੁਣਾਈਏ, ਹੈਗੇ ਐਸੀ ਬਾਤ ਨਹੀਂ ਆ ਵੀ ਨਹੀਂ ਹੈਗੇ, ਪਰ ਜਿਹੜਾ ਸਾਡਾ ਮਾਰਗ ਹੈ ਬਹੁਤਾ ਹੀ ਸਖਾਲ ਹੈ। ਸਾਡਾ ਇਹ ਹੈ ਕਿ ਅਸੀਂ ਨਾਮ ਲੈ ਕੇ ਨਾ, ਮੰਤਰ ਲੈ ਕੇ, ਮੰਤਰ ਦੇ ਬਲ ਨਾਲ ਚੜ੍ਹਨਾ, ਸਵਾਸਾਂ ਦੇ ਬਲ ਨਾਲ ਨਹੀਂ ਚੜ੍ਹਨਾ। ਸਵਾਸਾਂ ਦੇ ਜੇ ਚੜ੍ਹਨਾ ਤਾਂ ਸਭ ਤੋਂ ਛੋਟਾ ਪ੍ਰਾਣਾਯਾਮ ਜਿਹੜਾ ਹੈ ਨਾ, ਜਿਹਨੂੰ ਮਿਨੀਮਮ ਕਹਿੰਦੇ ਨੇ, ਉਹ ਹੁੰਦਾ ਤੁਸੀਂ 84 ਵਾਰੀ ਵਾਹਿਗੁਰੂ 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 ਕਹਿ ਕੇ ਅੰਦਰ ਨੂੰ ਸਾਹ ਖਿੱਚੋ, 42 ਵਾਰੀ 84 ਵਾਰੀ ਉਹਨੂੰ ਰੋਕੋ, ਨਿਕਲ ਨਾ ਦਿਓ, ਜ਼ੋਰ ਲਾ ਲਵੇ ਜਾਏ ਨਹੀਂ ਨਿਕਲ ਦੇਣਾ, ਅਤੇ 42 ਵਾਰੀ ਕਹਿ ਕੇ ਛੱਡਣਾ। ਕਿੰਨੀ ਔਖੀ ਕਿਰਿਆ, ਹੌਲੀ ਹੌਲੀ ਚੱਲਦੀ ਆ, 2 ਫਿਰ 3 ਫਿਰ 4 ਫਿਰ 5 ਲੋਕਾਂ ਦੇ ਤਾਂ ਮੈਂ ਦੇਖਿਆ। ਪਹਿਲਾਂ ਮੈਂ ਦੱਸ ਦਿੰਦਾ ਸੀ, ਜਦੋਂ 10 10 ਦੱਸਣਾ ਵੀ 10 20 10 ਕਰ ਲਿਆ, ਉੱਥੇ ਮੇਰੇ ਕੋਲ ਆ ਜਾਣਾ, ਕਹਿੰਦਾ ਸਾਡਾ ਤਾਂ ਜੀ ਸਿਰ ਚੱਕਿਆ ਗਿਆ, ਵੀ ਆਨੰਦ ਤਾਂ ਬਹੁਤ ਆਉਂਦਾ ਹੈ। ਉਹ ਸਿਰ ਤਾਂ ਚੱਕਿਆ ਗਿਆ, ਸਿਰ ਵਿੱਚ ਤਾਕਤ ਨਹੀਂ ਰਹੀ, ਬ੍ਰਹਮਚਰੀਆ ਨਹੀਂ ਹੈ, ਕਾਮਨਾਵਾਂ ਇੰਨੀਆਂ ਵੱਧ ਗਈਆਂ ਨੇ, ਆਦਮੀ ਦੇ ਵਿਚਾਰ ਇੰਨੇ ਗਲਤ ਹੋ ਗਏ ਨੇ ਕਿ ਆਦਮੀ ਦੇ ਸਰੀਰ ਕੰਟਰੋਲ 'ਚ ਨਹੀਂ, ਸਰੀਰ ਦਾ
ਛਾਨਣੀ ਛਾਨਣੀ ਕਰਿਆ ਪਿਆ ਇਹਨੇ ਆਪ ਹੀ। ਪ੍ਰਾਣਾਯਾਮ ਕਿੱਥੋਂ ਕਰ ਲੂਗਾ? ਪ੍ਰਾਣਾਯਾਮ ਜਿਹੜੇ ਕਰਦੇ ਸੀ ਉਹ ਉਹਨਾਂ ਦੀ ਰਹਿਤ ਹੋਰ ਸੀ। ਸੋ ਇਹ ਇਹ ਮਹਾਰਾਜ ਨੇ ਨਕਸ ਕਰਤਾ ਵੀ ਨਹੀਂ, ਕਲਯੁਗੀ ਬੰਦਿਆਂ ਦੇ ਹੋ ਹੀ ਨਹੀਂ ਸਕਣਾ ਇਹ। ਅਤੇ ਹੁਣ ਫਿਰ ਹੋਵੇਗੀ, ਮਹਾਰਾਜ ਨੇ ਕਿਹਾ ਵੀ ਅਸੀਂ ਸੁਰਤ ਨੂੰ ਸ਼ਬਦ ਦੇ ਨਾਲ ਲਾਉਣਾ। ਸੁਰਤ ਸ਼ਬਦ ਭਾਵ ਸਾਗਰ ਤਰੀਆ ਨਾਨਕ ਨਾਮ ਬਖਾਣੇ। ਸੁਰਤੀ ਨੂੰ ਅਸੀਂ ਹੇਠਲੇ ਚੱਕਰ ਆ ਜਾਂਦੀ, ਅਸੀਂ ਸਿੱਧਾ ਇੱਥੇ ਲਿਆਵਾਂਗੇ ਇਸ ਤੋਂ। ਜੇ ਇੱਥੇ ਨਹੀਂ ਤਾਕਤ ਫਿਰ ਅਸੀਂ ਸਵਾਸ ਨਾਲ ਚੜਾਵਾਂਗੇ, ਸਵਾਸ ਦੇ ਉੱਤੇ ਸੁਰਤੀ ਨਾਲ ਲੈ ਕੇ ਨਾਮ ਉਹਦੇ ਨਾਲ ਚੜ੍ਹਾਈ ਕਰਾਵਾਂਗੇ। ਮਹਾਰਾਜ ਨੇ ਬੜਾ ਲੰਬਾ ਸ਼ਬਦ ਸੁਰਤ ਦਾ ਮਾਰਗ ਉੱਥੇ ਡਿਸਕਸ ਕਰਿਆ ਉਹਨਾਂ ਨਾਲ ਵੀ ਕਿਸ ਤਰ੍ਹਾਂ ਲੰਘਣਾ। ਸੋ ਇਹ ਸਰੀਰ ਦੇ ਅੰਦਰ ਮਹਾਰਾਜ ਕਹਿੰਦੇ ਸਭ ਕੁਛ ਹੈ ਪਿਆਰਿਆ। ਘਰਦਾਰ ਮੰਦਰ ਜਾਣੇ ਸੋਈ, ਜਿਸ ਪੂਰੇ ਗੁਰਤੇ ਸੋਝੀ ਹੋਈ। ਹੁਣ ਪੂਰਾ ਗੁਰੂ ਦੱਸਦਾ ਵੀ ਤੇਰੇ ਅੰਦਰ ਅੰਮ੍ਰਿਤ ਦਾ ਕੁੰਡ ਹੈ, ਜੇ ਤੂੰ ਉਸ ਅੰਮ੍ਰਿਤ ਤੱਕ ਪਹੁੰਚ ਜਾਵੇਂ, ਉਹ ਅੰਮ੍ਰਿਤ ਪੀ ਲਵੇਂ ਤਾਂ ਸਦਾ ਵਾਸਤੇ ਤੂੰ ਅਮਰ ਹੋ ਸਕਦਾ। ਜਿਵੇਂ ਪਾਣੀ ਪਤਾ ਲੱਗ ਗਿਆ ਵੀ ਧਰਤੀ 'ਚ ਪਾਣੀ ਹੈ, ਇਹ ਗੱਲ ਤਾਂ ਕੁਛ